ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟਲ ਇੰਡੀਆ ਤੋਂ। ਦੋਸਤੋ, ਕੱਲ੍ਹ ਦਾ ਇੱਕ ਗੱਲ ਨੂੰ ਲੈ ਕੇ ਬਹੁਤ ਰੌਲਾ ਪੈ ਰਿਹਾ ਕਿ ਕੈਨੇਡਾ ਨੇ ਵਿਜ਼ਟਰ ਵੀਜ਼ਾ 'ਤੇ ਆਏ ਲੋਕਾਂ ਦਾ ਵਰਕ ਪਰਮਿਟ ਕਨਵਰਟ ਹੋਣਾ ਜਿਹੜਾ ਹੈਗਾ ਹੁਣ ਬੰਦ ਕਰ ਦਿੱਤਾ ਗਿਆ ਹੈ। ਸੋ ਹਰ ਇੱਕ ਬੰਦੇ ਦੇ ਆਪੋ ਆਪਣੇ ਵਿਊ ਨੇ। ਜ਼ਿਆਦਾਤਰ ਉਹ ਲੋਕ ਵੀਡੀਓ ਬਣਾ ਰਹੇ ਨੇ ਜਿਨ੍ਹਾਂ ਨੂੰ ਨਹੀਂ ਪਤਾ, ਉਹਨਾਂ ਦੇ ਜਿਹੜੇ ਥੰਬਨੇਲ ਹੁੰਦੇ ਨੇ ਉਹਨਾਂ ਦਾ ਟਾਈਟਲ ਵੀ ਇਹੀ ਹੈ ਕਿ ਜਿਹੜੇ ਵਿਜ਼ਟਰ ਵੀਜ਼ਾ 'ਤੇ ਆਏ ਨੇ ਉਹਨਾਂ ਲਈ ਕੰਮ ਦੇ ਦਰਵਾਜ਼ੇ ਬੰਦ ਹੋ ਗਏ ਨੇ ਜਾਂ ਕੈਨੇਡਾ ਨੇ ਸਾਰੇ ਵੀਜ਼ੇ ਬੰਦ ਕਰ ਦਿੱਤੇ ਨੇ, ਜਦੋਂ ਕਿ ਹਕੀਕਤ ਕੁਛ ਹੋਰ ਹੈਗੀ ਹੈ। ਸੋ ਹਕੀਕਤ ਤੋਂ ਰੂਬਰੂ ਹੋਣਾ, ਉਹਦੇ ਬਾਰੇ ਜਾਣਨਾ ਉਹ ਜ਼ਰੂਰੀ ਹੈ, ਤੁਹਾਨੂੰ ਗਾਈਡ ਕਰਨਾ ਜ਼ਰੂਰੀ ਹੈ। ਸੋ ਕੱਲ੍ਹ ਟਾਈਮ ਨਹੀਂ ਲੱਗ ਪਾਇਆ, ਅੱਜ ਮੈਂ ਇਹਦੇ ਹੀ ਰਿਲੇਟਡ ਵੀਡੀਓ ਜਿਹੜੀ ਹੈਗੀ ਹੈ ਇਹ ਬਣਾ ਰਿਹਾ। ਦੋਸਤੋ, ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਪਹਿਲਾਂ ਆਪਾਂ ਇਸ ਦੀ ਡਿਟੇਲ ਦੇ ਵਿੱਚ ਜਾਵਾਂਗੇ ਕਿ ਇਹ ਕਿੱਥੋਂ ਸ਼ੁਰੂ ਹੋਇਆ, ਕੀ ਪ੍ਰੋਬਲਮ ਹੈ ਅਤੇ ਕੀ ਕੈਨੇਡਾ ਸਰਕਾਰ ਨੇ ਫੈਸਲਾ ਜਿਹੜਾ ਹੈਗਾ ਲਿਆ ਹੈ। ਕੀ ਵਾਕਈ ਜਿਹੜੇ ਕੈਨੇਡਾ ਜਾ ਕੇ ਵਰਕ ਪਰਮਿਟ ਬੰਦ ਹੋ ਗਏ ਨੇ ਜਾਂ ਸਿਰਫ ਰੌਲਾ ਹੀ ਹੈ? ਸੋ ਇਸ ਚੀਜ਼ 'ਤੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ। ਸੋ ਇਹ ਗੱਲ ਸ਼ੁਰੂ ਹੁੰਦੀ ਹੈ 2019 ਤੋਂ, ਜਦੋਂ ਕੋਵਿਡ ਜਿਹੜਾ ਹੈਗਾ ਕਰੋਨਾ ਸ਼ੁਰੂ ਹੋਇਆ ਸੀਗਾ। ਉਦੋਂ ਕੀ ਪ੍ਰੋਬਲਮ ਆਈ, ਜਦੋਂ ਕਰੋਨਾ ਸ਼ੁਰੂ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਬੰਦਾ ਜਿੱਥੇ ਸੀ ਉਹ ਉੱਥੇ ਹੀ ਰਹਿ ਗਿਆ ਸੀ ਕਾਫੀ ਟਾਈਮ ਲਈ। ਜੇ ਕੋਈ ਬੰਦਾ ਕੈਨੇਡਾ ਵਿਜ਼ਟਰ ਵੀਜ਼ੇ 'ਤੇ ਗਿਆ ਹੋਇਆ ਸੀਗਾ ਤਾਂ ਉਹਨੂੰ ਉੱਥੇ ਕਾਫੀ ਟਾਈਮ ਰੁਕਣਾ ਪਿਆ, ਭਾਵੇਂ ਕਿ ਉਹਦਾ ਵੀਜ਼ਾ ਜਿਹੜਾ ਖਤਮ ਹੋ ਰਿਹਾ ਸੀ ਪਰ ਉਹਨੂੰ ਵਧਾਇਆ ਗਿਆ, ਉੱਥੇ ਰੋਕਿਆ। ਔਰ ਜਿਹੜੇ ਬਾਹਰ ਕਿਸੇ ਕੰਟਰੀਆਂ 'ਚ ਲੋਕ ਸੀ ਜਿਨ੍ਹਾਂ ਨੇ ਕੈਨੇਡਾ ਕੰਮ ਲਈ ਜਾਣਾ ਸੀਗੇ ਉਹ ਨਹੀਂ ਜਾ ਸਕੇ, ਇਸ ਕਰਕੇ ਕੈਨੇਡਾ ਗੌਰਮੈਂਟ ਨੂੰ ਜਿਹੜੀ ਕਾਮਿਆਂ ਦੀ ਜ਼ਰੂਰਤ ਸੀ ਅਤੇ ਉਹ ਕਾਮੇ ਬਾਹਰ ਤੋਂ ਨਹੀਂ ਸੱਦ ਸਕਦੇ ਸੀ। ਇਸ ਕਰਕੇ ਕੈਨੇਡਾ ਗੌਰਮੈਂਟ ਇੱਕ ਪੋਲਿਸੀ ਲੈ ਕੇ ਆਈ ਕਿ ਜੇ ਤੁਸੀਂ ਇਨ ਕੈਨੇਡਾ ਹੋ ਤਾਂ ਤੁਸੀਂ ਇਨ ਕੈਨੇਡਾ ਵੀ ਆਪਦਾ ਟੂਰਿਸਟ ਵੀਜ਼ੇ ਤੋਂ ਵਰਕ ਪਰਮਿਟ ਜਿਹੜਾ ਹੈਗਾ ਉਹ ਲੈ ਸਕਦੇ ਹੋ। ਉਹ ਜਿਹੜਾ ਵਰਕ ਪਰਮਿਟ ਸੀ ਤੁਹਾਨੂੰ, ਤੁਸੀਂ ਜੇਕਰ ਕਿਸੇ ਵੀ ਫੀਲਡ ਦੇ ਵਿੱਚ ਤੁਹਾਡੀ ਐਕਸਪਰਟੀਜ਼ ਹੈਗੀ ਹੈ, ਤੁਸੀਂ ਔਨਲਾਈਨ ਵਰਕ ਪਰਮਿਟ ਉੱਥੋਂ ਹੀ ਅਪਲਾਈ ਕਰ ਸਕਦੇ ਸੀਗੇ। ਤੁਹਾਨੂੰ ਕੋਈ ਅੰਬੈਸੀ ਜਾਂ ਵੀਜ਼ਾ ਆਫਿਸਰ ਕੋਲ ਜਾਣ ਦੀ ਜ਼ਰੂਰਤ ਨਹੀਂ ਸੀ। ਜੇਕਰ ਤੁਹਾਡੇ ਕੋਲ LMI ਸੀ ਤਾਂ ਤੁਸੀਂ ਔਨਲਾਈਨ ਜਿਹੜਾ ਹੈਗਾ ਆਪਦਾ ਵੀਜ਼ਾ ਅਪਲਾਈ ਕਰ ਸਕਦੇ ਸੀਗੇ। ਇਸ ਕਰਕੇ ਔਨਲਾਈਨ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਪੇਪਰ ਲਾ ਸਕਦੇ ਸੀਗੇ। ਉਹਦੇ ਵਿੱਚ ਕੀ ਸੀ ਕਿ ਵੈਰੀਫਿਕੇਸ਼ਨ ਕਰਨਾ ਜਾਂ ਨਾ ਕਰਨਾ ਵੀਜ਼ਾ ਆਫਿਸਰ ਦੇ ਉੱਤੇ ਸੀਗਾ। ਸੋ ਉਹ ਜਿਹੜਾ ਕੰਮ ਸੀਗਾ ਉਹ 2019 ਤੋਂ ਲੈ ਕੇ 2024 ਤੱਕ ਚੱਲਿਆ, ਅਤੇ ਜਿਹੜੀ ਉਹ ਪੋਲਿਸੀ ਸੀ 2019 ਤੋਂ ਲੈ ਕੇ ਫਰਵਰੀ 2025 ਤੱਕ ਚੱਲਣੀ ਸੀ। ਜੋ ਪੋਲਿਸੀ ਬਣਾਈ ਹੋਈ ਸੀ ਉਸ ਪੋਲਿਸੀ ਨੂੰ ਜਿਹੜਾ ਹੈਗਾ ਇਮੀਡੀਏਟ ਇਫੈਕਟ ਤੋਂ ਸਸਪੈਂਡ ਕਰ ਦਿੱਤਾ ਗਿਆ, ਯਾਨੀ ਕਿ ਤੁਸੀਂ ਹੁਣ ਔਨਲਾਈਨ ਕੈਨੇਡਾ 'ਤੇ ਬਹਿ ਕੇ ਵੀਜ਼ਾ ਅਪਲਾਈ ਵਰਕ ਪਰਮਿਟ ਨਹੀਂ ਕਰ ਸਕਦੇ, ਬਟ ਤੁਸੀਂ ਬਾਰਡਰ 'ਤੇ ਜਾ ਕੇ ਜ਼ਰੂਰ ਆਪਦਾ ਵਰਕ ਪਰਮਿਟ ਲੈ ਸਕਦੇ ਹੋ। ਬਾਰਡਰ 'ਤੇ ਜੇ ਤੁਸੀਂ ਜਾਂਦੇ ਹੋ ਉਸ ਨੂੰ ਆਪਾਂ ਆਊਟਸਾਈਡ ਕੈਨੇਡਾ ਗਿਣਿਆ ਜਾਂਦਾ ਹੈ, ਨਾ ਕਿ ਇਨਸਾਈਡ। ਇਨਸਾਈਡ ਕੈਨੇਡਾ ਉਸ ਚੀਜ਼ ਨੂੰ ਗਿਣਿਆ ਜਾਂਦਾ ਜੇ ਤੁਸੀਂ ਕੈਨੇਡਾ ਦੇ ਵਿੱਚ ਹੀ ਬੈਠੇ ਹੋ ਅਤੇ ਔਨਲਾਈਨ ਅਪਲਾਈ ਕਰਦੇ ਹੋ, ਯਾਨੀ ਕਿ ਤੁਹਾਨੂੰ ਕਿਸੇ ਬਾਰਡਰ 'ਤੇ ਜਾਣ ਦੀ ਜ਼ਰੂਰਤ ਨਹੀਂ ਸੀ, ਕੋਈ ਇੰਟਰਵਿਊ ਦੇਣ ਦੀ ਜ਼ਰੂਰਤ ਨਹੀਂ ਸੀ। ਬਟ ਹੁਣ ਕੀ ਹੈ ਕਿ ਹੁਣ ਤੁਸੀਂ ਔਨਲਾਈਨ ਅਪਲਾਈ ਨਹੀਂ ਕਰ ਸਕੋਗੇ, ਬਟ ਬਾਰਡਰ 'ਤੇ ਜਾ ਕੇ ਤੁਸੀਂ ਵੀਜ਼ਾ ਜ਼ਰੂਰ ਲੈ ਸਕਦੇ ਹੋ। ਔਰ ਜਿਹਨਾਂ ਨੇ ਬਾਰਡਰ 'ਤੇ ਜਾ ਕੇ ਵਰਕ ਵੀਜ਼ਾ ਲਿਆ ਜਾਂ ਜਿਨ੍ਹਾਂ ਨੇ ਪਾਇਆ, ਉਹਨੂੰ ਪਤਾ ਕਿ ਜ਼ਿਆਦਾਤਰ ਲੋਕ ਪਹਿਲਾਂ ਵੀ ਬਾਰਡਰ 'ਤੇ ਜਾ ਕੇ ਹੀ ਆਪਦਾ ਵੀਜ਼ਾ ਕਨਵਰਟ ਕਰਦੇ ਸੀ। ਉਹਦੇ ਪਿੱਛੇ ਕਈ ਸਾਰੇ ਰੀਜ਼ਨ ਸੀਗੇ। ਇੱਕ ਤਾਂ ਇਹ ਕਿ ਜਿਸ ਦਿਨ ਬਾਰਡਰ 'ਤੇ ਜਾਂਦੇ ਸੀ ਤੁਹਾਨੂੰ ਉਸੇ ਦਿਨ ਹੀ ਬੰਦੇ ਨੂੰ ਹਾਂ ਨਾ ਹੋ ਜਾਂਦੀ ਸੀ ਕਿ ਵੀਜ਼ਾ ਮਿਲਣਾ ਜਾਂ ਨਹੀਂ ਮਿਲਣਾ, ਜਦੋਂ ਕਿ ਜੇ ਤੁਸੀਂ ਔਨਲਾਈਨ ਵੀਜ਼ਾ ਅਪਲਾਈ ਕਰਦੇ ਸੀ ਉਹਦਾ ਕੋਈ ਟਾਈਮ ਨਹੀਂ ਹੁੰਦਾ ਸੀਗਾ, ਤਿੰਨ ਚਾਰ ਪੰਜ ਮਹੀਨੇ ਵੀ ਜਿਹੜੀ ਵੇਟ ਕਰਨੀ ਪੈਂਦੀ ਸੀਗੀ। ਸੋ ਇਸ ਕਰਕੇ ਜ਼ਿਆਦਾਤਰ ਲੋਕ ਬਾਰਡਰ 'ਤੇ ਜਾਂਦੇ ਸੀ, ਇਸ ਕਰਕੇ ਹੁਣ ਵੀ ਕੋਈ ਫਰਕ ਨਹੀਂ ਪਿਆ ਹੈ। ਪਰ ਹਾਂ, ਹੁਣ ਇੱਕ ਚੀਜ਼ ਦਾ ਫਰਕ ਜ਼ਰੂਰ ਪੈ ਗਿਆ ਕਿ ਹੁਣ ਜਿਹੜੇ ਜੈਨੂਨ ਬੰਦੇ ਹੋਣਗੇ ਉਹਨਾਂ ਨੂੰ ਵੀਜ਼ਾ ਮਿਲੂਗਾ,
ਜਿਹੜੇ ਜੈਨੂਨ ਨਹੀਂ ਹੋਣਗੇ ਉਹਨਾਂ ਨੂੰ ਨਹੀਂ ਮਿਲੂਗਾ। ਜੈਨੂਨ ਦਾ ਭਾਵ ਇਹ ਹੈ ਕਿ ਜਦੋਂ ਤੁਸੀਂ ਔਨਲਾਈਨ ਵੀਜ਼ਾ ਅਪਲਾਈ ਕਰਦੇ ਸੀ ਉਦੋਂ ਤੁਸੀਂ ਆਪਦੀ ਮਰਜ਼ੀ ਮੁਤਾਬਕ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਡੁਪਲੀਕੇਟ ਕੋਈ ਪੇਪਰ ਐਡ ਕਰਕੇ ਆਪਦੀ ਫਾਈਲ ਦੇ ਵਿੱਚ ਲਾ ਦਿੰਦੇ ਸੀ, ਜਾਂ ਕੋਈ ਬੰਦਾ ਪਲੱਸ ਟੂ ਹੈ ਉਹਨੇ ਡਿਗਰੀ ਦਿਖਾ ਦਿੱਤੀ, ਕਿਸੇ ਬੰਦੇ ਕੋਲ ਕੋਈ ਫੇਕ ਐਕਸਪੀਰੀਅੰਸ ਹੈ ਉਹਨੇ ਫੇਕ ਐਕਸਪੀਰੀਅੰਸ ਦਿਖਾ ਦਿੱਤਾ। ਸੋ ਉਹਦੀ ਕੋਈ ਐਡੀ ਜ਼ਿਆਦਾ ਵੈਰੀਫਿਕੇਸ਼ਨ ਨਹੀਂ ਹੁੰਦੀ ਸੀਗੀ, ਹੈ ਨਾ, ਕਿਉਂਕਿ ਤੁਸੀਂ ਆਪਣੇ ਪੇਪਰ ਲਾਏ, ਪੇਪਰ ਵੀਜ਼ਾ ਆਫਿਸਰ ਕੋਲ ਗਏ, ਉਹਨੇ ਚੈੱਕ ਕੀਤੇ, ਵੈਰੀਫਿਕੇਸ਼ਨ ਕੀਤੀ, ਨਹੀਂ ਕੀਤੀ, ਤੁਹਾਨੂੰ ਵੀਜ਼ਾ ਮਿਲ ਗਿਆ। ਔਰ ਸਭ ਤੋਂ ਬੜਾ ਜਿਹੜਾ ਫਾਇਦਾ ਹੁੰਦਾ ਸੀਗਾ ਉਹ ਇਹ ਹੁੰਦਾ ਸੀ ਤੁਹਾਡਾ ਕੋਈ ਇੰਗਲਿਸ਼ ਦਾ ਟੈਸਟ ਜਿਹੜਾ ਸੀਗਾ ਉਹ ਜ਼ਰੂਰਤ ਨਹੀਂ ਸੀਗੀ, ਨਾ ਹੀ ਤੁਹਾਨੂੰ ਕੋਈ ਆਈਲੈਟਸ ਲਾਉਣਾ ਪੈਂਦਾ ਸੀ ਅਤੇ ਨਾ ਹੀ ਤੁਹਾਡੇ ਕਮਿਊਨੀਕੇਸ਼ਨ ਸਕਿੱਲ ਕੋਈ ਚੈੱਕ ਕਰਦਾ ਸੀ, ਕਿਉਂਕਿ ਸਾਰਾ ਕੁਛ ਔਨਲਾਈਨ ਸੀਗਾ। ਸੋ ਜਿਹੜੇ ਬੰਦੇ ਨੋਰਮਲ ਪਲੱਸ ਟੂ ਹੈ ਉਹ ਵੀ ਵੀਜ਼ਾ ਲੈ ਲੈਂਦੇ ਸੀ, ਕਿਉਂਕਿ ਇਹਦੇ ਵਿੱਚ ਕੋਈ ਇੰਗਲਿਸ਼ ਜਾਂ ਕੋਈ ਟੈਸਟ ਦੀ ਬਾਉਂਡੇਸ਼ਨ ਨਹੀਂ ਸੀ, ਕੋਈ ਟੈਸਟ ਵਗੈਰਾ ਨਹੀਂ ਹੁੰਦਾ ਸੀਗਾ, ਜਾਂ ਤੁਹਾਡੀ ਕੋਈ ਪਰਸਨਲ ਅਟਰੈਕਸ਼ਨ ਨਹੀਂ ਹੁੰਦੀ ਸੀ ਵੀਜ਼ਾ ਆਫਿਸਰ ਨਾਲ, ਸਿਰਫ ਤੁਹਾਡੀ ਫਾਈਲ ਦੇਖੀ ਜਾਂਦੀ ਸੀ ਅਤੇ ਤੁਹਾਡੇ ਪੇਪਰਾਂ ਦੇ ਆਧਾਰ 'ਤੇ ਤੁਹਾਨੂੰ ਵੀਜ਼ਾ ਗ੍ਰਾਂਟ ਹੁੰਦਾ ਸੀ ਜਾਂ ਰਿਜੈਕਟ ਹੋ ਜਾਂਦਾ ਸੀ। ਬਟ ਹੁਣ ਉਹਨਾਂ ਨੇ ਕੀ ਕੀਤਾ ਕਿ ਹੁਣ ਜਿਹਨੂੰ ਵਰਕ ਪਰਮਿਟ ਦੇਣਗੇ ਜੈਨੂਨ ਹੋਵੇ ਉਹਦੇ ਕੋਲ ਡਾਕੂਮੈਂਟੇਸ਼ਨ ਜੈਨੂਨ ਹੋਵੇ, ਦੂਜਾ ਬੰਦੇ ਦੀ ਉਹ ਕਮਿਊਨੀਕੇਸ਼ਨ ਸਕਿੱਲ ਜ਼ਰੂਰ ਚੈੱਕ ਕਰਨਗੇ, ਕਿਉਂਕਿ ਵੀਜ਼ਾ ਆਫਿਸਰ ਹੈ, ਮੌਕੇ 'ਤੇ ਤੁਹਾਨੂੰ ਕੋਈ ਵੀ ਕੰਮ ਨਾਲ ਰਿਲੇਟਡ ਸਵਾਲ ਕਰ ਸਕਦਾ, ਉਹ ਤੁਹਾਨੂੰ ਇੰਟਰਵਿਊ ਕਰ ਸਕਦਾ, ਜਿਵੇਂ USA 'ਚ ਇੰਟਰਵਿਊ ਹੁੰਦੀ ਹੈ ਨਾ। USA ਜਿਹੜਾ ਵੀਜ਼ਾ ਹੁੰਦਾ ਉਹ ਤੁਹਾਡਾ ਪਰਸਨੈਲਿਟੀ ਟੈਸਟ, ਤੁਹਾਡਾ ਇੰਗਲਿਸ਼ IQ ਦੇਖ ਕੇ ਹੀ ਤੁਹਾਨੂੰ ਟੂਰਿਸਟ ਵੀਜ਼ਾ ਜਾਂ ਕੋਈ ਵੀਜ਼ਾ ਜਿਹੜਾ ਹੈਗਾ ਉਹਨਾਂ ਦਾ ਇੱਕ ਸਿੱਧਾ ਇੱਕ ਤਰੀਕਾ ਹੈ ਕਿ ਕਿਸੇ ਨੂੰ ਵੀ ਵੀਜ਼ਾ ਦੇਣ ਤੋਂ ਪਹਿਲਾਂ ਇੰਟਰਵਿਊ ਕਰਦੇ, ਇੱਕ ਵਾਰੀ ਦੇਖਦੇ ਜ਼ਰੂਰ ਹੈ, ਆਪਣੀ ਅੱਖੀਂ ਕੱਢਦੇ ਹੈਗੇ। ਸੇਮ ਚੀਜ਼ ਹੁਣ ਕੈਨੇਡਾ 'ਚ ਹੋਣ ਵਾਲੀ ਹੈ, ਤੁਸੀਂ ਹੁਣ ਜਦੋਂ ਵਰਕ ਵੀਜ਼ਾ ਲੈਣਾ ਹੈ, ਤੁਸੀਂ ਜਦੋਂ ਹੁਣ ਟੂਰਿਸਟ ਤੋਂ ਵਰਕ ਕਨਵਰਟ ਕਰਨਾ ਹੈ ਤਾਂ ਤੁਹਾਨੂੰ ਇੱਕ ਵਾਰੀ ਬਾਰਡਰ 'ਤੇ ਜਾਣਾ ਪਏਗਾ, ਤੁਸੀਂ ਇਕੱਲੇ ਜਾਂ ਆਪਦੇ ਕੰਸਲਟੈਂਟ ਨਾਲ, ਆਪਦੇ ਲਾਇਰ ਨਾਲ ਤੁਸੀਂ ਬਾਰਡਰ 'ਤੇ ਜਾ ਕੇ ਇੰਟਰਵਿਊ ਦੇ ਸਕਦੇ ਹੋ। ਹਾਂ, ਕੁਛ ਕੈਟਾਗਰੀ ਇਸ ਤਰ੍ਹਾਂ ਦੀਆਂ ਨੇ ਜਿੱਥੇ ਤੁਹਾਨੂੰ ਇੰਗਲਿਸ਼ ਦੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ, ਉੱਥੇ ਤੁਸੀਂ ਆਪਦੇ ਨਾਲ ਇੰਟਰਪ੍ਰੇਟਰ ਯਾਨੀ ਕਿ ਟਰਾਂਸਲੇਟਰ ਵੀ ਲਿਜਾ ਸਕਦੇ ਹੋ। ਜ਼ਿਆਦਾਤਰ ਇਹ ਜਿਹੜਾ ਕੰਮ ਹੈਗਾ ਟਰਾਂਸਲੇਸ਼ਨ ਦਾ, ਤੁਹਾਡਾ ਲਾਇਰ ਜਾਂ ਤੁਹਾਡਾ ਜਿਹੜਾ ਕੰਸਲਟੈਂਟ ਹੈ ਉਹੀ ਕਰ ਦਿੰਦਾ ਹੈਗਾ। ਸੋ ਕਹਿਣ ਦਾ ਭਾਵ ਇਹ ਹੈ ਕਿ ਹੁਣ ਜਿਹੜਾ ਵੀਜ਼ਾ ਹੈਗਾ ਬੰਦ ਨਹੀਂ ਹੋਇਆ, ਟੂਰਿਸਟ ਤੋਂ ਵਰਕ ਪਰਮਿਟ ਕਨਵਰਟ ਹੋਣਾ ਬੰਦ ਨਹੀਂ ਹੋਇਆ, ਸਿਰਫ ਔਨਲਾਈਨ ਜਿਹੜਾ ਅਪਲਾਈ ਕਰਦੇ ਸੀ ਉਹ ਚੀਜ਼ ਬੰਦ ਹੋਈ ਹੈ, ਹੁਣ ਜਿਹੜਾ ਜੈਨੂਇਨ ਬੰਦਾ ਹੋਏਗਾ ਉਸੇ ਨੂੰ ਵੀਜ਼ਾ ਮਿਲੇਗਾ। ਇਸ ਕਰਕੇ ਜਿਹੜਾ ਵੀ ਬੰਦਾ ਹੁਣ ਇੰਡੀਆ ਤੋਂ ਜਾ ਰਿਹਾ ਜਾਂ ਉੱਥੇ ਹੈਗਾ, ਖਾਸ ਕਰਕੇ ਉਹਨਾਂ ਨੂੰ ਇਸ ਗੱਲ ਦੀ ਤਿਆਰੀ ਕਰਨੀ ਪਏਗੀ ਕਿ ਇੰਟਰਵਿਊ ਦੇ ਵਿੱਚ ਕਿਸ ਤਰ੍ਹਾਂ ਦੇ ਸਵਾਲ ਵੀਜ਼ਾ ਅਫਸਰ ਤੁਹਾਨੂੰ ਪੁੱਛ ਸਕਦਾ, ਤੁਸੀਂ ਕਿਸ ਤਰ੍ਹਾਂ ਉਸਨੂੰ ਜਿਹੜਾ ਹੈਗਾ ਸੈਟਿਸਫਾਈ ਕਰਨਾ ਹੈ। ਤੁਹਾਡੇ ਕੋਲ ਡਾਕੂਮੈਂਟ ਜਿਹੜੇ ਜੈਨੂਇਨ ਹੋਣੇ ਚਾਹੀਦੇ ਨੇ, ਤੁਹਾਡੇ ਕੋਲ ਫੰਡ ਜੇ ਰਿਕੁਆਇਰਡ ਹੈਗੀ ਹੈ ਤਾਂ ਜੈਨੂਇਨ ਹੋਣੇ ਚਾਹੀਦੇ ਨੇ, ਔਰ ਤੁਹਾਨੂੰ ਤੁਹਾਡੀ ਜਿਹੜੀ ਕਮਿਊਨੀਕੇਸ਼ਨ ਸਕਿੱਲ ਹੈ ਭਾਵੇਂ ਉਹ ਪੰਜਾਬੀ 'ਚ ਹੀ ਹੋਵੇ ਤੁਹਾਡੀ ਚੰਗੀ ਹੋਣੀ ਚਾਹੀਦੀ ਹੈ, ਤੁਸੀਂ ਇੰਟਰਵਿਊ ਫੇਸ ਕਰਦੇ ਹੋਣੇ ਚਾਹੀਦੇ ਹੋ ਤਾਂ ਹੀ ਤੁਹਾਨੂੰ ਵੀਜ਼ਾ ਮਿਲੇਗਾ, ਅਦਰਵਾਈਜ਼ ਵੀਜ਼ਾ ਜਿਹੜਾ ਨਹੀਂ ਮਿਲੇਗਾ। ਇਹ ਗੱਲ ਸਹੀ ਹੈ ਕਿ ਪਹਿਲਾਂ ਨਾਲੋਂ ਕੈਨੇਡਾ ਹੌਲੀ ਹੌਲੀ ਸਖਤੀ ਕਰਦਾ ਜ਼ਰੂਰ ਜਾ ਰਿਹਾ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨੇ ਸਾਰਾ ਕੁਛ ਹੀ ਬੰਦ ਕਰ ਦਿੱਤਾ ਹੈ, ਵਿਜ਼ਟਰ ਵੀਜ਼ਾ ਬੰਦ ਕਰ ਦਿੱਤਾ, ਇੱਦਾਂ ਦਾ ਕੁਛ ਨਹੀਂ। ਵਿਜ਼ਟਰ ਵੀਜ਼ਾ ਵੀ ਪ੍ਰੋਫਾਈਲ ਵਾਲਿਆਂ ਨੂੰ ਜਿਹਦੇ 'ਤੇ ਅੱਛੀ ਪ੍ਰੋਫਾਈਲ ਮਿਲ ਰਿਹਾ, ਅਤੇ ਵਰਕ ਪਰਮਿਟ ਵੀ ਜੇ ਤੁਸੀਂ ਵਾਕਈ ਕਿਸੇ ਮਤਲਬ ਵੀ ਖਾਸ ਚੀਜ਼ ਤੁਹਾਡੀ ਐਕਸਪਰਟੀ ਹੈ, ਤੁਸੀਂ ਆਪਦੀ ਐਕਸਪਰਟੀ ਵੀਜ਼ਾ ਅਫਸਰ ਦੇ ਅੱਗੇ ਐਕਸਪਲੇਨ ਕਰ ਦਿੰਦੇ ਹੋ ਤਾਂ ਤੁਸੀਂ ਵਰਕ ਪਰਮਿਟ ਟੂ ਟੂਰਿਸਟ ਵੇਜ ਵਰਕ ਪਰਮਿਟ ਬਾਰਡਰ 'ਤੇ ਜਾ ਕੇ ਕਨਵਰਟ ਕਰ ਸਕਦੇ ਹੋ। ਸੋ ਉਮੀਦ ਕਰਦਾ ਕਿ ਮੇਰੇ ਦੁਆਰਾ ਦਿੱਤੀ ਹੋਈ ਜਾਣਕਾਰੀ ਤੋਂ ਤੁਸੀਂ ਸੰਤੁਸ਼ਟ ਹੋਵੋਗੇ। ਵਧੇਰੇ ਜਾਣਕਾਰੀ ਲਈ ਸਕਰੀਨ 'ਤੇ 3 ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਧੰਨਵਾਦ, ਸਤਿ ਸ਼੍ਰੀ ਅਕਾਲ।